ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋਈ ਹੈ, ਕੀ ਸੀ ਪੂਰਾ ਮਾਮਲਾ ਜਾਣਕਾਰੀ? ਇਹ ਕੱਲ 28 ਫਰਵਰੀ ਨੂੰ ਇੰਸਪੈਕਟਰ ਹਰਵੰਸ ਸਿੰਘ ਅਤੇ ਪੁਲਿਸ ਪਾਰਟੀ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸੁਰੇਸ਼ ਕੁਮਾਰ ਅਤੇ ਉਹਦੀ ਘਰਵਾਲੀ ਜਿਹੜੀ ਮਨੀਸ਼ਾ ਹੈ ਇਹ ਜੇ ਬਲੋਕ 'ਚ ਰਹਿੰਦੇ ਹੈ, ਇਹ ਮੋਗਾ ਸਾਈਡ ਤੋਂ ਆਪਣੀ ਵਰਨਾ ਕਾਰ ਦੇ ਵਿੱਚ ਹੈਰੋਇਨ ਲੈ ਕੇ ਆ ਰਹੇ ਹੈ। ਅਗਰ ਉੱਥੇ ਫਿਰੋਜ਼ਪੁਰ ਰੋਡ 'ਤੇ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ। ਨਾਕਾਬੰਦੀ ਕਰਕੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੀ ਜਿਹੜੀ ਜਦੋਂ ਤਲਾਸ਼ੀ ਲਈ ਤਾਂ ਇਹਨਾਂ ਦੀ ਗੱਡੀ ਦੇ ਵਿੱਚੋਂ 2 ਕਿਲੋ 100 ਗ੍ਰਾਮ ਹੈਰੋਇਨ ਜਿਹੜੀ ਹੈ ਉਹ ਬਰਾਮਦ ਹੋਈ ਹੈ। ਅਤੇ ਜਿਹੜਾ ਇਹ ਸੁਰੇਸ਼ ਕੁਮਾਰ ਹੈ ਇਹਦੇ 'ਤੇ ਵੀ ਪਹਿਲਾਂ NDPS ਐਕਟ ਦੇ ਮੁਕੱਦਮੇ ਦਰਜ ਹੈ। ਇਹਦੀ ਘਰਵਾਲੀ ਜਿਹੜੀ ਮਨੀਸ਼ਾ ਉਹਦੇ 'ਤੇ 3 ਪਰਚੇ ਦਰਜ ਹੈ, ਇਹਦੇ ਸੁਰੇਸ਼ 'ਤੇ 2 ਪਰਚੇ, ਅਤੇ ਜਿਹੜੀ ਮਨੀਸ਼ਾ ਹੈ ਉਹਦਾ ਬ੍ਰਦਰ ਅਤੇ ਉਹਦਾ ਫਾਦਰ ਵੀ ਜਿਹੜਾ ਹੈਗਾ ਹੈ ਉਹ ਵੀ NDPS ਐਕਟ ਦੇ ਕੇਸ ਦੇ ਵਿੱਚ ਹੀ ਜੇਲ੍ਹ 'ਚ ਬੰਦ ਹੈਗੇ। ਹੁਣ ਇਹ ਦੋਨੋਂ ਉਹਦੇ ਘਰ 'ਚ ਰਹਿ ਕੇ ਹੀ ਇਹ ਜਿਹੜਾ ਧੰਦਾ ਨਸ਼ਾ ਵੇਚਣ ਦਾ ਕਰਦੇ ਸੀ। ਅੱਜ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਊਗਾ, ਉਹ ਤੋਂ ਬਾਅਦ 'ਚ ਪਤਾ ਕੀਤਾ ਜਾਊਗਾ ਵੀ ਇਹ ਮੋਗਾ ਸਾਈਡ ਤੋਂ ਕਿੱਥੋਂ ਹੈਰੋਇਨ ਲੈ ਕੇ ਆਏ ਹੈ ਅਤੇ ਅੱਗੇ ਇਹਨਾਂ ਨੇ ਸਪਲਾਈ ਕਿਹਨੂੰ ਕਰਨੀ ਸੀ। ਕਿੰਨੀ ਦੇਰ ਤੋਂ ਕਰ ਰਹੇ ਜੀ? ਇਹ ਕਾਫੀ ਦੇਰ ਤੋਂ ਕਰ ਰਹੇ, ਇਹਦਾ 3 ਮੁਕੱਦਮੇ ਤਾਂ ਇਹਦੇ 'ਤੇ ਲੜਕੀ 'ਤੇ ਦਰਜ ਹੈ ਜਿਹੜੀ ਇਹਦੀ ਵਾਈਫ ਹੈ ਸੁਰੇਸ਼ ਦੀ, 2 ਮੁਕੱਦਮੇ ਇਹ 'ਤੇ ਦਰਜ ਹੈ, ਜਿਹੜੀ ਲੜਕੀ ਹੈ ਉਹਦੇ ਫਾਦਰ ਅਤੇ ਉਹਦੇ ਬ੍ਰਦਰ 'ਤੇ ਵੀ ਦਰਜ ਹੈ। ਅਤੇ ਇਹ ਖੁਦ ਵੀ ਡਿਟਨ ਨਹੀਂ, ਉਹ ਅਸੀਂ ਡੋਪ ਟੈਸਟ ਕਰਾਵਾਂਗੇ ਅਤੇ ਫਿਲਹਾਲ ਪੁੱਛ ਕੇ ਚਲੇ ਮੰਨਿਆ ਨਹੀਂ, ਬਾਕੀ ਡੋਪ ਟੈਸਟ 'ਚ ਕਲੀਅਰ ਹੋ ਜਾਊਗਾ। ਇਹ ਪਤਾ ਲੱਗਿਆ ਵੀ ਇੰਨੀ ਭਾਰੀ ਮਾਤਰਾ 'ਚ ਕਿੱਥੇ ਦੇਣ ਜਾਣਾ ਸੀ? ਉਹ ਸਾਰਾ ਅੱਜ ਰਿਮਾਂਡ ਲਵਾਂਗੇ ਨਾ, ਰਾਤ ਫੜੇ ਵਾਲੇ ਹੁਣ ਪੇਸ਼ ਕਰਕੇ ਰਿਮਾਂਡ ਲੈ ਕੇ ਸਾਰਾ ਬੈਠ। ਯਦਿ ਆਪਕੋ ਹਮਾਰੀ ਇਹ ਵੀਡੀਓ ਪਸੰਦ ਆਈ ਤੋ ਹਮਾਰੇ ਚੈਨਲ ਕੋ ਲਾਈਕ, ਸ਼ੇਅਰ ਔਰ ਸਬਸਕ੍ਰਾਈਬ ਕਰੇਂ। ਐਸੀ ਔਰ ਅਪਡੇਟਸ ਦੇਖਨੇ ਕੇ ਲੀਏ ਬੈਲ ਆਇਕਨ ਜ਼ਰੂਰ ਦਬਾਏਂ।